ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧੁਮਾਨ ਵੱਲੋਂ ਨਿੱਘਾ ਨਿਗਾਹ ਸਵਾਗਤ ਹੈ ਜੀ ਸੋ ਪਿੰਡ ਨਿਹੋਲਕਾ ਦੇ ਵਿੱਚ ਅਸੀਂ ਮੌਜੂਦ ਹੈ ਗੁਰਦੁਆਰਾ ਸੰਗਤ ਸਰ ਸਾਹਿਬ ਸੰਤ ਬਾਬਾ ਅਜੀਤ ਸਿੰਘ ਜੀ ਜੋ ਪਰਿਵਾਰ ਵਿਛੋੜਾ ਵਾਲੇ ਸਨ ਸੋ ਉਹਨਾਂ ਦੀ ਯਾਦ ਦੇ ਵਿੱਚ ਜੋ ਵਰਸੀ ਮਨਾਈ ਜਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਅਸੀਂ ਗੁਰਦੁਆਰਾ ਸੰਗਤ ਸਰ ਨਿਹੋਲਕਾ ਵਿਖੇ ਖੜੇ ਆ ਸਾਰੇ ਸੇਵਾਦਾਰਾ ਪ੍ਰਬੰਧਕ ਤੇ ਸੰਤ ਬਾਬਾ ਜੀ ਸਿੰਘ ਜੀ ਪਰਿਵਾਰ ਛੋੜੇ ਵਾਲੇ ਜਿਨ੍ਹਾਂ ਨੇ ਕਿ 34-35 ਸਾਲ ਪਰਿਵਾਰ ਛੋੜਾ ਸਾਹਿਬ ਵਿਖੇ ਸੇਵਾ ਕੀਤੀ ساری ਜ਼ਿੰਦਗੀ ਉਹਨਾਂ ਨੇ ਪੰਥ ਦੇ ਲੈ ਕੇ ਕੌਮ ਦੇ ਲੈ ਕੇ ਧਰਮ ਦੇ ਲੈ ਕੇ ਲਾਈ ਇਹ ਮਿਲ ਕੇ ਉਹਨਾਂ ਨੇ ਆਪਣੀ ਜ਼ਮੀਨ ਜਾਇਦਾਦ ਵੀ ਵੇਚ ਕੇ ਗੁਰਦੁਆਰਾ ਪ੍ਰਵਾਹ ਛੋੜਾ ਸਾਹਿਬ ਦੀ ਜੋ ਇਮਾਰਤਾਂ ਜੋ ਉੱਤੇ ਦੀ ਯਾਦ ਬੜਾ ਬਹੁਤ ਬੜਾ ਇਤਿਹਾਸਾ ਉਸਤਾਨ ਤੇ ਹੀ ਲਾਇਆ ਜੀਵਨ ਵੀ ਉੱਤੇ ਹੀ ਲਾਇਆ ਸੋ ਉਹਨਾਂ ਦੀ ਪਹਿਲੀ ਵਰਸੀ ਅੱਜ ਗੁਰਦੁਆਰਾ ਸੰਗਤ ਸਰ ਨਿਹੋਲ ਕਾਬਕੇ 21 ਦਸੰਬਰ ਕੱਲ ਨੂੰ ਮਨਾ ਰਹੇ ਹਾਂ ਸੋ ਬੜੇ 11 ਤਰੀਕ ਤੋਂ ਪੰਜ ਅਖੰਡ ਪਾਠ ਸਾਹਿਬ ਦਾ ਆਰੰਭ ਹੋਏ ਸਨ ਤੇ ਏਕ-ਏਕ ਕਰਕੇ ਅੱਜ ਪੰਜਵੇਂ ਖੰਡ ਪਾਠ ਦਾ ਕੱਲ ਨੂੰ ਭੋਗ ਪੈਣਾ ਹੈ ਅੱਜ 20 ਤਰੀਕ ਰਾਤ ਨੂੰ ਵੀ ਦੀਵਾਨ ਸਜਾਏ ਜਾਣਗੇ ਤੇ ਕੱਲ ਨੂੰ ਵੀ ਢਾਡੀ ਜਥੇ ਉਸ ਤੋਂ ਉਪਰੰਤ ਕਥਾਵਾਚਕ ਜਥੇ ਆ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਭੋਗ ਤੋਂ ਉਪਰੰਤ ਗੁਰੂ ਘਰ ਤੋਂ ਲੰਗਰ ਵੀ ਵਰਤੇਗਾ ਸੋ ਸੰਤ ਜੀ ਜੋ ਸਾਡੇ ਪਿੰਡ ਦੇ ਜੰਪਾਲ ਸਨ ਉਹਨਾਂ ਨੇ ਉਹ ਇੱਕ ਸ਼ਖਸੀਅਤ ਸੀ ਜੋ ਦੁਨੀਆ ਭਰ ਵਿੱਚ ਕੋਈ ਇਲਾਕੇ ਦੀ ਗੱਲ ਨਹੀਂ ਪਿੰਡ ਦੀ ਗੱਲ ਨਹੀਂ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਨਾਮ ਸੀ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਪੰਦੇ ਲਿਖੇ ਲਾਈ ਤੇ ਗੁਰਮਤ ਦਾ ਪ੍ਰਚਾਰ ਕੀਤਾ ਤੇ ਗੁਰਮਤ ਵਾਸਤੇ ਉਹਨਾਂ ਸਾਰਾ ਜੀਮੇ ਲਾ ਦਿੱਤਾ ਸੋ ਬੜੇ ਅਰਸ਼ਾਦ ਦੇ ਨਾਲ ਕਿਉਂਕਿ 1 ਸਾਲ ਹੋ ਗਿਆ ਉਹਨਾਂ ਨੂੰ ਤੇ ਇਲਾਕਾ ਨਿਵਾਸੀ ਵੀ ਸਾਡੇ ਨਾਲ ਤੇ ਗੁਰਦੁਆਰਾ ਸੰਗਤ ਸਰਵੇਖੇਈ ਵਰਸੀ ਮਨਾਈ ਜਾ ਰਹੀ ਹੈ ਤੇ ਬੜੇ ਵਧੀਆ ਸਮਾਗਮ ਚੱਲਦੇ ਨੇ ਧਾਰਮਿਕ ਸਮਾਗਮ ਮर्यादा 'ਚ ਰਹਿ ਕੇ ਗੁਰਮਤਿ ਅਨੁਸਾਰ ਜੋ ਉਹਨਾਂ ਦਾ ਹੋਕਾ ਸੀ ਉਸ ਲਾਈਨ ਵਿੱਚ ਰਹਿ ਕੇ ਇਸ ਸਮਾਗਮ ਕਰਾਇਆ ਜਾ ਰਿਹਾ ਹੈ। ਉਹ ਸੰਗਤਾਂ ਨੂੰ ਵੀ ਅਪੀਲ ਹੈ ਸੰਗਤਾਂ ਜਾਣੂ ਹਨ ਕਿ ਕੱਲ ਨੂੰ ਲਗਭਗ 9 ਵਜੇ ਤੋਂ ਹੋਈ ਇਸ ਸਮਾਗਮ ਸ਼ੁਰੂ ਹੋ ਜਾਣਾ ਭੋਗ ਤੋਂ ਉਪਰੰਤ ਗੁਰਮਤਿ ਸਮਾਗਮ ਹੋਣਗੇ ਲੰਗਰ ਵਰਤਣਗੇ ਉਸ ਕੋਟੀ ਦੇ ਜਥੇ ਪਹੁੰਚਣਗੇ ਸੰਗਤਾਂ ਵੀ ਆਉਣਗੀਆਂ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸੰਗਤ ਸਰ ਨਿਰੋਲ ਕਵੇ ਕਿ ਉਹ ਆ ਕੇ ਕੱਲ ਨੂੰ ਪਹੁੰਚਣ ਅਤੇ ਉਹਨਾਂ ਦੀ ਨਿੱਘੀ ਯਾਦ ਵਿੱਚ ਸ਼ਾਮਲ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ